ਕਿਸਾਨਾਂ ਨੂੰ ਲੈ ਕੇ ਚੱਲਾਂ, ਇੱਕ ਮੈਂ ਪਾਰਟੀ ਬਣਾਉਣਾ, ਸਰਕਾਰੇ ਖਾਲਸਾ ਨਵੀਂ ਪਾਰਟੀ ਬਣਾਉਣਾ, ਮੰਨ ਲਾ ਸਾਰਾ ਲਾਮਬੰਦ ਕਰਾਂ ਸਾਰੀ ਨੌਜਵਾਨੀ ਨੂੰ। ਉਹ ਮੈਨੂੰ ਮੇਰੀ ਬਾਹ ਮਰੋੜਨ ਲਈ ਏਜੰਸੀਆਂ ਮੇਰੀ ਕਿਵੇਂ ਨਾ ਕਿਵੇਂ ਬਾਹ ਮਰੋੜ ਲੈਣਗੀਆਂ ਨਾਲ ਦੀ ਨਾਲ। ਉੱਥੇ ਫਿਰ ਮੈਨੂੰ ਫੈਸਲਾ ਕਰਨਾ ਪਊਗਾ ਵੀ ਜਾਂ ਤਾਂ ਮੈਂ ਕੌਮ ਲਈ ਮਰੂੰਗਾ ਅਤੇ ਜਾਂ ਮੈਂ ਏਜੰਸੀਆਂ ਦੇ ਹਿਸਾਬ ਨਾਲ ਚੱਲੂੰਗਾ। ਮੈਂ ਜੱਟ ਦੀ ਗਹਿਣੇ ਪਈ ਜ਼ਮੀਨ ਸ਼ਰਮ ਵਾਲੀ ਗੱਲ ਹੁੰਦੀ ਹੈ ਕਿ ਨਹੀਂ, ਜਿਹੜੀ ਗਹਿਣੇ ਪਈ ਹੁੰਦੀ ਹੈ। ਉਵੇਂ ਸਾਡਾ ਜਿਹੜਾ ਤਾਜ ਹੈ ਉਹ ਲੰਡਨ 'ਚ ਪਿਆ, ਗਹਿਣੇ ਪਿਆ ਇੱਕ ਤਰ੍ਹਾਂ ਨਾਲ। ਹੁਣ ਉਸ ਬ੍ਰਿਟਿਸ਼ ਅੰਪਾਇਰ ਨਾਲ ਟੱਕਰ ਲਈਏ ਤਾਂ ਲਈਏ ਕਿ ਨਹੀਂ, ਉਹਦੇ ਆਪਾਂ ਅੱਜ ਵੀ ਗੁਲਾਮ ਹੈ ਬ੍ਰਿਟਿਸ਼ ਅੰਪਾਇਰ ਦੇ। ਉਹ ਬਹੁਤ ਤਰੀਕਿਆਂ ਨਾਲ ਗੁਲਾਮ, ਆਪਾਂ ਉਹਦੇ ਨਾਲ ਪੰਗਾ ਲੈਣਾ ਬਹੁਤ ਵੱਡੀ ਗੱਲ ਹੈ। ਉਹਦੇ ਲਈ ਬਾਹਲਾ ਪੜ੍ਹਨਾ ਜ਼ਰੂਰੀ ਹੈ, ਸਭ ਤੋਂ ਵੱਡੀ ਚੀਜ਼ ਉਹਦੇ ਲਈ ਪੜ੍ਹਾਈ ਜ਼ਰੂਰੀ ਹੈ। ਜੇ ਬ੍ਰਿਟਿਸ਼ ਅੰਪਾਇਰ ਨਾਲ ਪੰਗਾ ਲੈਣਾ, ਹੁਣ ਆਪਣੀ ਅਣਖ ਅਤੇ ਆਪਣੀ ਗੈਰਤ ਤਾਂ ਲੰਡਨ ਦੇ ਮਿਊਜ਼ੀਅਮ ਦੇ ਵਿੱਚ ਪਈ ਹੈ, ਆਪਣਾ ਤਾਜ, ਆਪਣੀ ਮਹਾਰਾਜਾ ਦੀ ਕੁਰਸੀ, ਆਪਣਾ ਇੱਕ ਤਰ੍ਹਾਂ ਨਾਲ ਆਪਣੀ ਅਣਖ ਪਈ ਹੈ ਉੱਥੇ। ਜਿਵੇਂ ਜੱਟ ਦੀ ਗਹਿਣੇ ਪਈ ਜ਼ਮੀਨ ਸ਼ਰਮ ਵਾਲੀ ਗੱਲ ਹੁੰਦੀ ਹੈ, ਉਵੇਂ ਆਪਣੇ ਲਈ ਉਹ ਇੱਕ ਤਰ੍ਹਾਂ ਦੀ ਸ਼ਰਮ ਵਾਲੀ ਗੱਲ ਹੈ ਜਿਹੜੀ ਗਹਿਣੇ ਪਈ ਹੈ ਆਪਣੀ ਅਣਖ ਉੱਥੇ। ਉਹਨੂੰ ਛਡਾਉਣ ਲਈ ਬਹੁਤ ਜ਼ਿਆਦਾ ਪੜ੍ਹਨਾ ਪਊਗਾ, ਬਹੁਤ ਜ਼ਿਆਦਾ। ਹਾਲਾਤ ਵੀ ਮਾੜੇ ਹੋਈ ਜਾਂਦੇ, ਹਾਲਾਤ ਮਾੜੇ ਹੋਈ ਜਾਂਦੇ, ਜੇ ਹੁਣ ਤੋਂ ਬਹੁਤ ਜ਼ਿਆਦਾ ਪੜ੍ਹਨਗੀਆਂ ਪੀੜ੍ਹੀਆਂ ਆਉਣ ਵਾਲੇ ਟਾਈਮ 'ਚ, ਵੀ ਆਪਾਂ ਨੂੰ 50-100 ਸਾਲ ਵੀ ਲੱਗ ਸਕਦਾ ਉਸ ਲੈਵਲ ਤੱਕ ਪਹੁੰਚਣ। ਉਹਦੇ ਲਈ ਸਿਰਫ ਅਤੇ ਸਿਰਫ ਇੱਕੋ ਹੀ ਚੀਜ਼ ਹੈ, ਪੜ੍ਹਾਈ। ਇੱਧਰ ਉਸਤਾਦ ਕੋਈ ਧਿਆਨ ਦੇ ਵੀ ਨਹੀਂ ਰਿਹਾ, ਦੇ ਨਹੀਂ ਰਿਹਾ, ਰੌਲਾ ਤਾਂ ਹਾਈ ਹੈ। ਜੇ ਨਹੀਂ ਹੋ ਸਕਦਾ ਤੂੰ ਮੈਨੂੰ ਅੱਜ ਗੱਲ ਦੱਸੀ ਆ, ਹੋ ਸਕਦਾ ਮੈਨੂੰ ਇਹ ਗੱਲ ਦਾ ਪਤਾ ਹੀ ਨਾ ਹੋਵੇ, ਤੂੰ ਸਮਝਾ। ਬਹੁਤ ਲੋਕਾਂ ਨੂੰ ਨਹੀਂ, ਮੈਨੂੰ ਵੀ ਨਹੀਂ, ਮਾਇਆ ਮਾਣਨ ਦਾ ਮੈਨੂੰ ਨਹੀਂ ਪਤਾ ਸੀਗਾ ਵੀ ਉੱਥੇ ਪਿਆ, ਕਿਸੇ ਨੂੰ ਨਵੇਂ ਮੁੰਡਿਆਂ ਨੂੰ ਨਹੀਂ ਪਤਾ। ਉਹ ਹਾਂ ਵੀ ਵੀਡੀਓ ਅਗਲਾ ਕਹਿੰਦਾ ਨਾ ਵੀ ਇਹ ਤੂੰ ਤੈਨੂੰ ਤੂੰ ਪਤਾ ਤੇਰੀ ਵੀਡੀਓ ਕਿੱਥੋਂ ਤੱਕ ਦੀ ਸੋਚਦੀ ਆ, ਹਰੇਕ ਬੰਦੇ ਨੂੰ ਵੀਡੀਓ ਦੀ ਸੋਚ ਵੀ ਨਹੀਂ ਪਤਾ। ਆਪਾਂ ਨੂੰ ਇੱਕ ਦੋ ਵੀਡੀਓ ਜਦੋਂ ਪਾਈਆਂ ਨਾ, ਕਈ ਬੰਦੇ ਨੇ ਉਹ ਕਰਿਆ ਕਮੈਂਟ, ਕਹਿੰਦਾ ਬਾਈ ਮੈਂ ਤਾਂ ਤੈਨੂੰ ਮਸਕਰਾ ਹੀ ਸਮਝਦਾ ਸੀ, ਪਰ ਤੇਰਾ ਤਾਂ ਬਈ ਠੀਕ ਹੈ ਕੰਮ। ਮੈਂ ਉਹਨੂੰ ਮੈਂ ਚੀਜ਼ਾਂ ਤਾਂ ਆਪਣੇ ਖੂਨ 'ਚ ਹੈਗੀਆਂ, ਉਹ ਤਾਂ ਕਿਤੇ ਜਾਂਦੀਆਂ ਨਹੀਂ। ਹਾਂ ਵੀ ਗੱਲ ਤਾਂ ਉਹੀ ਕਰਦੇ ਹਾਂ ਵੀ ਜੇ ਆਪ ਤੂੰ ਕਿਸੇ ਨੂੰ ਇਹ ਗੱਲ ਦੱਸੇਗਾ ਅਗਲਾ ਸਮਝਦਾ ਨਹੀਂ, ਸਮਝਾਉਣ ਲਈ ਬਹੁਤ ਮੱਥਾ ਮਾਰਨਾ ਪੈਂਦਾ, ਤਾਂ ਉੱਥੇ 100 ਵਿਦਵਾਨ ਉੱਠਦੇ ਆ। ਵਿਦਵਾਨ ਵਾਲੇ ਉਹੀ ਚੀਜ਼ ਬੰਦੇ ਨੂੰ ਆਪਾਂ ਕਹਿੰਦੇ। ਮੈਂ ਇਹ ਕਹਿੰਦਾ ਵੀ ਆਪਣੀ ਉਹ ਜਿਹੜਾ ਸਾਰਾ ਮੰਨ ਲਾ ਵੀ ਅਣਖ ਪਈ ਆ ਉੱਥੇ, ਉਹਨੂੰ ਛਡਾਉਣ ਦੇ ਲਈ ਜਾਂ ਉਸ ਚੀਜ਼ ਵੀ 100 ਸਾਲ ਮੰਨ ਕੇ ਚੱਲਣਾ ਪਊ, ਔਰ 100 ਸਾਲ ਦੇ ਵਿੱਚ ਵੀ ਇੰਨਾ ਹੀ ਜ਼ਿਆਦਾ ਪੜ੍ਹਾਈ, ਪੜ੍ਹਾਈ ਹੀ ਜ਼ਰੀਆ ਹੈ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ। ਮੈਂ ਕਿਉਂਕਿ ਆਪਾਂ ਗੁਲਾਮ ਵਾਲੇ ਤਰੀਕਿਆਂ ਦੇ ਨਾਲ, ਮੰਨ ਲਾ ਮੈਂ ਅੱਜ ਉਹਨਾਂ ਨੂੰ ਲੈ ਕੇ ਚੱਲਾਂ, ਇੱਕ ਮੈਂ ਪਾਰਟੀ ਬਣਾਉਣਾ ਸਰਕਾਰੇ ਖਾਲਸਾ ਨਵੀਂ ਪਾਰਟੀ ਬਣਾਉਣਾ, ਮੰਨ ਲਾ ਸਾਰਾ ਲਾਮਬੰਦ ਕਰਾਂ ਸਾਰੀ ਨੌਜਵਾਨੀ ਨੂੰ। ਉਹ ਮੈਨੂੰ ਮੇਰੀ ਬਾਂਹ ਮਰੋੜਨ ਲਈ ਏਜੰਸੀਆਂ ਮੇਰੀ ਕਿਵੇਂ ਨਾ ਕਿਵੇਂ ਬਾਂਹ ਮਰੋੜ ਲੈਣਗੀਆਂ ਨਾਲ, ਕਿਸੇ ਨਾ ਕਿਸੇ ਚੀਜ਼ 'ਚ ਫਸਾ ਲੈਣਗੀਆਂ। ਆਪਾਂ ਸਾਰਾ ਦਿਨ ਆਪਾਂ ਨੂੰ ਟਰੇਸ ਕਰਦੇ, ਆਪਣਾ ਫੋਨ, ਆਪਣਾ ਰਿਸ਼ਤੇ ਨਾਤੇ ਸਾਰਾ ਕੁਛ ਪਤਾ ਉਹਨਾਂ ਨੂੰ, ਉਹ ਆਪਣੀ ਵੀਕਨੈਸ ਭਾਲ ਕੇ ਨਾਲ ਦੇ ਨਾਲ ਬਾਂਹ ਮਰੋੜ ਦੇਣਗੇ। ਜਦੋਂ ਬਾਂਹ ਮਰੋੜ, ਉੱਥੇ ਫਿਰ ਮੈਨੂੰ ਫੈਸਲਾ ਕਰਨਾ ਪਊਗਾ ਵੀ ਜਾਂ ਤਾਂ ਮੈਂ ਕੌਮ ਲਈ ਮਰੂੰਗਾ ਅਤੇ ਜਾਂ ਮੈਂ ਏਜੰਸੀਆਂ ਦੇ ਹਿਸਾਬ ਨਾਲ ਚੱਲੂੰਗਾ। ਜਿਹੜੇ ਜਿਹੜੇ ਕੌਮ ਲਈ ਮਰਨ ਵਾਲੇ ਆ ਉਹ ਬੰਦੇ ਵੀ ਕਿੰਨੇ ਪਰਸੈਂਟ ਹੋਣਗੇ ਉਹ ਵੀ ਦੱਸ ਦੂੰ। 0%, 1% ਹੀ ਹੈ ਉਹ, ਇੱਕ ਸ਼ਹੀਦ ਹੁੰਦਾ ਤਾਂ ਫਿਰ ਬਹੁਤ ਜਾਗ ਪੈਂਦੇ ਆ, ਪਰ ਉਹਦਾ ਬਹੁਤ ਥੋੜ੍ਹੇ ਆ, ਵਿਰਲੇ ਹੁੰਦੇ ਆ। ਜਿਹੜੀ ਸ਼ਹੀਦੀ ਦੀ ਦਾਤ ਹੈ ਮਹਾਰਾਜ ਕਿਸੇ ਨੂੰ ਦਿੰਦੇ ਆ, ਉਹਦੇ ਲਈ ਬਹੁਤ ਮਤਲਬ ਕਿ ਇੱਕ ਤਰ੍ਹਾਂ ਦਾ ਭਗਤੀ ਚਾਹੀਦੀ ਹੈ ਵੀ ਸ਼ਹੀਦੀ ਦੀ ਦਾਤ ਲਈ ਬਹੁਤ ਜ਼ਿਆਦਾ ਜਪ ਤਪ ਹੋਵੇ, ਫਿਰ ਮਹਾਰਾਜ ਤੋਂ ਸ਼ਹੀਦੀ ਦੀ ਦਾਤ ਬੰਦਾ ਮੰਗਦਾ, ਮਹਾਰਾਜ ਦਿੰਦੇ ਆ। ਉਹ ਬਹੁਤ ਥੋੜ੍ਹਾ ਪਰਸੈਂਟੇਜ ਹੈ, ਆਪਣਾ ਵਿਰਸਾ ਵਿਰਾਸਤ ਹੈ ਇੱਕ ਤਰ੍ਹਾਂ ਦੀ, ਆਪਣੀ ਸਿੱਖ ਵਿਰਾਸਤ ਆ, ਉਹਨੂੰ ਸੰਭਾਲਣਾ ਆਪਣਾ ਕਿਤੇ ਨਾ ਕਿਤੇ। ਹੁਣ ਜਿਵੇਂ ਆਪਾਂ ਗੱਤਕਾ ਖੇਡਦੇ ਹਾਂ, ਮੈਨੂੰ ਉਹ ਵੀ ਸਾਰਾ ਤਰੀਕਾ ਆਉਂਦਾ ਹੈ ਨਾ, ਉਹ ਸਾਰੀਆਂ ਚੀਜ਼ਾਂ ਆਪਣੇ ਖੂਨ 'ਚ ਆਪਾਂ ਨੂੰ ਆਉਂਦੀਆਂ, ਉਹ ਸੰਭਾਲ ਕੇ ਆਪਾਂ ਗਾਹਾਂ ਵਾਲੀਆਂ ਪੀੜ੍ਹੀਆਂ ਤੱਕ ਦੇਣੇ ਜ਼ਰੂਰੀ ਬਣਦੇ ਆ ਉਹ ਚੀਜ਼ਾਂ। ਕਈ ਬੰਦਿਆਂ ਨੂੰ ਲੱਗਦਾ ਵੀ ਇਹ ਊਂ ਹੀ ਤੁਰੇ ਫਿਰਦੇ ਆ ਅਸੀਂ। ਨਹੀਂ ਹੁਣ ਜਿਵੇਂ ਜੱਟ ਦਾ ਪੁੱਤ ਕਹੀ ਚਲਾਉਣੀ ਛੋਟਾ ਹੁੰਦਾ ਸਿੱਖ ਜਾਂਦਾ, ਉਹ ਉਹਦੇ ਵਿਰਸੇ 'ਚ ਹੁੰਦੀ ਹੈ। ਮਿਸਤਰੀ ਦਾ ਮੁੰਡਾ ਤੀਸਾ ਚਲਾਉਣਾ ਸਿੱਖ ਜਾਂਦਾ, ਜੱਟ ਦੇ ਪੁੱਤ ਉਹ ਤੀਸਾ ਉਵੇਂ ਨਹੀਂ ਚੱਲਦਾ, ਵੀ ਉਹ ਚੀਜ਼ਾਂ ਵਿਰਸੇ 'ਚ ਜਿਹੜੀਆਂ, ਉਹ ਤਾਂ ਆਪਾਂ ਸਿੱਖੇ ਸਿਖਾਈ ਗੱਲ ਕਰ ਧਿਆਨ ਨਹੀਂ ਦੇ ਰਹੇ, ਬੋਲ ਰਹੇ ਵੀ ਆਪਾਂ ਨੂੰ ਸਰਦਾ ਹੈਗਾ, ਸਰਨ ਲਾ ਕੇ ਚੱਲ ਠੀਕ ਪੀੜ੍ਹੀਆਂ ਤੱਕ ਇਹ ਚੀਜ਼ ਪਹੁੰਚਾਉਣੀ, ਉਹ ਗਾਹਾਂ ਗਾਹਾਂ ਦੀ ਗਾਹਾਂ ਪਹੁੰਚਾਉਣ।